ਵਿਦਿਆਰਥੀਆਂ ਦੇ ਨਾਲ ਜੁੜੀ ਵੱਡੀ ਖਬਰ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 5ਵੀਂ 8ਵੀਂ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ 5ਵੀਂ ਦੀ ਪ੍ਰੀਖਿਆ 7 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ 14 ਮਾਰਚ ਤੱਕ ਚੱਲੇਗੀ 8ਵੀਂ ਸ਼੍ਰੇਣੀ ਦੀ ਗੱਲ ਕੀਤੀ ਜਾਵੇ ਤਾਂ 8ਵੀਂ ਕਲਾਸ ਦੇ ਪੇਪਰ 7 ਮਾਰਚ ਤੋਂ 27 ਮਾਰਚ ਤੱਕ ਚੱਲਣਗੇ ਅਤੇ ਇਸੇ ਤਰ੍ਹਾਂ 10ਵੀਂ ਦੇ ਪੇਪਰ 13 ਫਰਵਰੀ ਤੋਂ 6 ਮਾਰਚ ਤੱਕ ਚੱਲਣਗੇ ਅਤੇ +2 ਦੇ ਪੇਪਰ 13 ਫਰਵਰੀ ਤੋਂ 30 ਮਾਰਚ ਤੱਕ ਚੱਲਣਗੇ ਚਾਹੇ ਉਹ ਓਪਨ ਸਕੂਲ ਦੇ ਨੇ ਕੰਪਾਰਟਮੈਂਟ ਦੇ ਨੇ ਰੀਅਪੀਅਰ ਦੇ ਨੇ ਜਾਂ ਵਾਧੂ ਵਿਸ਼ੇ ਦੇ ਨੇ ਇਹ ਸਾਰੇ ਜਿਹੜੇ 12ਵੀਂ ਦੇ ਪੇਪਰ ਨੇ ਉਹ 13 ਫਰਵਰੀ ਤੋਂ 30 ਮਾਰਚ ਤੱਕ ਚੱਲਣਗੇ ਤਾਂ ਵੱਡੀ ਖਬਰ ਹੈ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਹੈ ਇਹ ਵੀ ਦੱਸ ਦਈਏ ਕਿ ਜਿਹੜੀ 5ਥ ਕਲਾਸ ਹੈ ਜਾਨੀ ਕਿ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਹੈ ਉਹ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ ਜਦ ਕੇ 8ਵੀਂ 10ਵੀਂ ਅਤੇ 12ਵੀਂ ਕਲਾਸ ਦੀ ਪ੍ਰੀਖਿਆ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ ਤਾਂ ਵਿਦਿਆਰਥੀਆਂ ਨੂੰ ਨੋਟ ਕਰ ਲੈਣੇ ਚਾਹੀਦਿਆਂ ਨੇ ਸਾਰੀਆਂ ਗੱਲਾਂ ਕਿ ਕਿਹੜੀ ਤਾਰੀਖ ਨੂੰ ਉਹਨਾਂ ਦਾ ਪੇਪਰ ਸ਼ੁਰੂ ਹੋਣਾ ਹੈ ਕਿਹੜੀ ਤਾਰੀਖ ਤੱਕ ਉਹਨਾਂ ਦੇ ਪੇਪਰ ਚੱਲਣੇ ਨੇ ਤੇ ਕਿੰਨੇ ਵਜੇ ਉਹਨਾਂ ਦੇ ਪੇਪਰ ਹੋਣੇ ਨੇ ਤੇ ਕਿੰਨੀ ਦਿਨ ਤੱਕ ਇਹ ਜਿਹੜੀ ਪ੍ਰੀਖਿਆ ਇਹ ਜਾਰੀ ਰਹੇਗੀ ਤਾਂ ਜਿਹੜੀ ਬੋਰਡ ਦੀ ਵੈਬਸਾਈਟ ਹੈ www.pseb.ac.in ਤੇ ਵੀ ਜਿਹੜੀ ਪ੍ਰੀਖਿਆ ਦੀ ਡੇਟਸ਼ੀਟ ਆ ਉਹ ਵੀ ਪਈ ਹੈ ਤੇ ਤੁਹਾਡੇ ਨਾਲ ਅਸੀਂ ਵੀ ਜਿਹੜੀ ਇਹ ਡੇਟਸ਼ੀਟ ਹੈ ਸਾਂਝੀ ਕਰ ਰਹੇ ਹਾਂ ਜਿਵੇਂ ਕਿ 7 ਮਾਰਚ ਨੂੰ ਜਿਹੜਾ ਪਹਿਲਾ ਪੇਪਰ ਹੈ ਉਹ ਹੋਣਾ ਹੈ 5ਵੀਂ ਕਲਾਸ ਦਾ 10 10 ਵਜੇ ਤੋਂ ਸਵਾ 1 ਤੱਕ ਅੰਗਰੇਜ਼ੀ ਦਾ ਇਹ ਪਹਿਲਾ ਪੇਪਰ 7 ਤਰੀਕ ਨੂੰ ਅੰਗਰੇਜ਼ੀ ਦਾ ਹੈ 11 ਮਾਰਚ ਨੂੰ ਮੈਥ ਦਾ ਪੇਪਰ ਹੈ 12 ਮਾਰਚ ਨੂੰ ਪੰਜਾਬੀ ਤੇ ਜਿਹੜੇ ਵਾਧੂ ਵਿਸ਼ੇ ਹੁੰਦੇ ਨੇ ਹਿੰਦੀ ਤੇ ਉਰਦੂ ਉਹਨਾਂ ਦਾ ਵੀ ਹੈ 13 ਮਾਰਚ ਨੂੰ ਵਾਤਾਵਰਣ ਸਿੱਖਿਆ ਦਾ ਤੇ 14 ਮਾਰਚ ਨੂੰ ਜਿਹੜੀ ਪੰਜਾਬੀ ਦਾ ਦੂਜੀ ਭਾਸ਼ਾ ਹਿੰਦੀ ਦਾ ਦੂਜੀ ਭਾਸ਼ਾ ਦਾ ਤੇ ਉਰਦੂ ਦਾ ਦੂਜੀ ਭਾਸ਼ਾ ਦਾ ਇਸੇ ਤਰ੍ਹਾਂ ਗੱਲ ਕੀਤੀ ਜਾਵੇ ਜੇਕਰ 8ਵੀਂ ਦੀ ਤਾਂ 7 ਮਾਰਚ ਨੂੰ ਪਹਿਲਾ ਪੇਪਰ ਹੈ ਸਮਾਜਿਕ ਵਿਗਿਆਨ ਦਾ 11 ਮਾਰਚ ਨੂੰ ਗਣਿਤ ਦਾ 12 ਨੂੰ ਪੰਜਾਬੀ ਹਿੰਦੀ ਉਰਦੂ ਪਹਿਲੀ ਭਾਸ਼ਾ ਦਾ 15 ਨੂੰ ਅੰਗਰੇਜ਼ੀ ਦਾ 16 ਨੂੰ ਪੰਜਾਬੀ ਹਿੰਦੀ ਉਰਦੂ ਦੂਜੀ ਭਾਸ਼ਾ ਦਾ 18 ਨੂੰ ਵਿਗਿਆਨ ਦਾ 2 मार्च ਨੂੰ ਕੰਪਿਊਟਰ ਸਾਇੰਸ ਦਾ 21 मार्च ਨੂੰ ਸਿਹਤ ਅਤੇ ਸਰੀਰਕ ਸਿੱਖਿਆ ਦਾ 27 मार्च ਨੂੰ 92 ਵਿਸ਼ੇ ਜਿਵੇਂ ਕਿ ਖੇਤੀਬਾੜੀ ਤਾਂ ਇਸੇ ਤਰ੍ਹਾਂ ਅੱਗੇ ਚਲਦੇ ਆਂ ਤਾਂ ਜਿਹੜੀ 10ਵੀਂ ਦੀ ਪ੍ਰੀਖਿਆ ਹੈ 10ਵੀਂ ਦੀ ਪ੍ਰੀਖਿਆ ਦੇ ਵਿੱਚ ਜਿਹੜਾ ਪਹਿਲਾ ਪੇਪਰ ਹੈ ਉਹ ਪੰਜਾਬੀ A ਦਾ ਹੈ ਤੇ ਪੰਜਾਬੀ ਦਾ ਇਤਿਹਾਸ ਤੇ ਸੱਭਿਆਚਾਰ ਹੈ ਜੋ ਕਿ 13 ਫਰਵਰੀ ਤੋਂ ਸ਼ੁਰੂ ਹੋਵੇਗਾ ਤੇ 14 ਫਰਵਰੀ ਨੂੰ ਸਿਹਤ ਅਤੇ ਸਰੀਰਕ ਸਿੱਖਿਆ ਹੈ 11 ਵਜੇ ਤੋਂ ਸਵੇਰ 2 ਵਜੇ ਤੱਕ ਇਸੇ ਤਰ੍ਹਾਂ ਗ੍ਰਹਿ ਵਿਗਿਆਨ ਹੈ 15 ਫਰਵਰੀ ਨੂੰ ਅਤੇ 16 ਫਰਵਰੀ ਨੂੰ ਵਿਗਿਆਨ ਦਾ ਪੇਪਰ ਹੈ 17 ਫਰਵਰੀ ਨੂੰ ਪੰਜਾਬੀ B ਜਾਂ ਫਿਰ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਦਾ ਪੇਪਰ ਹੈ ਇਸੇ ਤਰ੍ਹਾਂ 19 ਫਰਵਰੀ ਨੂੰ ਅੰਗਰੇਜ਼ੀ ਦਾ ਅਤੇ 20 ਫਰਵਰੀ ਨੂੰ ਜਿਹੜੇ ਬਾਕੀ ਭਾਸ਼ਾਵਾਂ ਦੇ ਪੇਪਰ ਨੇ ਤਾਂ ਦੱਸ ਦਈਏ ਕਿ 5ਵੀਂ 8ਵੀਂ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਡੇਟਸ਼ੀਟ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਵਿੱਚ 12ਵੀਂ ਸ਼੍ਰੇਣੀ ਦੇ ਪੇਪਰ ਜਿਹੜੇ ਨੇ ਉਹ 13 ਫਰਵਰੀ ਤੋਂ ਸ਼ੁਰੂ ਹੋਣੇ ਨੇ 13 ਫਰਵਰੀ ਨੂੰ 11 ਵਜੇ ਤੋਂ ਸਵੇਰ 2 ਵਜੇ ਤੱਕ ਪਹਿਲਾ ਪੇਪਰ ਹੋਮ ਸਾਇੰਸ ਦਾ 14 ਫਰਵਰੀ ਨੂੰ ਸੋਸ਼ੀਓਲੋਜੀ 15 ਫਰਵਰੀ ਨੂੰ ਜਰਨਲ ਪੰਜਾਬੀ ਤੇ ਪੰਜਾਬੀ ਹਿਸਟਰੀ ਐਂਡ ਕਲਚਰ 16 ਫਰਵਰੀ ਨੂੰ ਰਿਲੀਜੀਅਨ 17 ਫਰਵਰੀ ਨੂੰ ਪਬਲਿਕ ਐਡਮਨ ਤੇ 19 ਫਰਵਰੀ ਨੂੰ ਹਿਸਟਰੀ ਤੇ 20 ਫਰਵਰੀ ਨੂੰ ਗੁਰਮਤ ਗਿਆਨ 21 ਫਰਵਰੀ ਨੂੰ ਐਗਰੀਕਲਚਰ 22 ਫਰਵਰੀ ਨੂੰ ਰਾਜਨੀਤੀ ਸ਼ਾਸਤਰ ਤੇ ਫਿਜ਼ਿਕਸ 23 ਫਰਵਰੀ ਨੂੰ ਜੀਓਗ੍ਰਾਫੀ 26 ਫਰਵਰੀ ਨੂੰ ਕੰਪਿਊਟਰ ਐਪਲੀਕੇਸ਼ਨ 27 ਫਰਵਰੀ ਨੂੰ ਜਰਨਲ ਅੰਗਰੇਜ਼ੀ 28 ਫਰਵਰੀ ਨੂੰ ਸਾਈਕੋਲੋਜੀ ਅਤੇ 29 ਫਰਵਰੀ ਨੂੰ ਅਕਾਊਂਟੈਂਸੀ ਦਾ ਪੇਪਰ ਹੈ 1 ਮਾਰਚ ਨੂੰ ਕੰਪਿਊਟਰ ਸਾਇੰਸ 2 ਮਾਰਚ ਨੂੰ 뮤ਜ਼ਿਕ 4 ਮਾਰਚ ਨੂੰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ 5 ਮਾਰਚ ਨੂੰ ਬਾਇਓਲੋਜੀ ਤੇ ਮੀਡੀਆ ਸਟੱਡੀਜ਼ 6 ਮਾਰਚ ਨੂੰ ਹਿਸਟਰੀ 12ਵੀਂ ਕਲਾਸ ਦੀ 7 ਮਾਰਚ ਨੂੰ ਡਾਂਸ 11 ਨੂੰ 뮤ਜ਼ਿਕ ਇਨਸਟਰੂਮੈਂਟਲ ਤਾਂ ਇਸ ਤਰ੍ਹਾਂ ਜਿਹੜੇ ਬਾਕੀ ਪੇਪਰ ਨੇ ਉਹ ਅੱਗੇ ਹੋਣੇ ਨੇ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਤੇ ਵੀ ਤੁਸੀਂ ਜਾ ਕੇ ਇਹ ਜਿਹੜੇ ਪ੍ਰੀਖਿਆ ਦੀ ਡੇਟ ਸ਼ੀਟ ਆ ਉਹ ਦੇਖ ਸਕਦੇ ਹੋ 5ਵੀਂ 8ਵੀਂ 10ਵੀਂ ਅਤੇ 12ਵੀਂ ਦੀ ਡੇਟ ਸ਼ੀਟ ਜਿਹੜੀ ਆ ਉਹ ਜਾਰੀ ਹੋ ਚੁੱਕੀ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਤਾਂ ਪੰਜਾਬ ਦੇ ਵਿਦਿਆਰਥੀਆਂ ਦੇ ਨਾਲ ਜੁੜੀ ਵੱਡੀ ਖਬਰ ਹੈ ਉਹਨਾਂ ਦੇ ਮਾਪਿਆਂ ਦੇ ਨਾਲ ਜੁੜੀ ਵੱਡੀ ਖਬਰ ਹੈ ਹੁਣ ਤੋਂ ਹੀ ਉਹਨਾਂ ਨੂੰ ਜਿਹੜੀ ਆ ਪੜ੍ਹਾਈ ਤੇ ਹੋਰ ਧਿਆਨ ਦੇਣਾ ਚਾਹੀਦਾ ਕਿਉਂਕਿ ਪੇਪਰ ਬਹੁਤ ਨੇੜੇ ਆ ਗਏ ਨੇ ਤਾਂ ਹੁਣ ਜੇਕਰ ਦੁਆਰਾ ਤੁਹਾਨੂੰ ਦਸੀਏ ਤਾਂ ਪੰਜ ਪੰਜਵੀਂ ਕਲਾਸ ਜਿਹੜੀ 7 ਮਾਰਚ ਤੋਂ 14 ਮਾਰਚ ਤੱਕ 8ਵੀਂ 7 ਮਾਰਚ ਤੋਂ 27 ਮਾਰਚ ਤੱਕ ਤੇ 10ਵੀਂ 13 ਫਰਵਰੀ ਤੋਂ 6 ਮਾਰਚ ਤੱਕ ਤੇ 12ਵੀਂ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਤੱਕ ਚੱਲੇਗੀ